ਕੀਤੀਆਂ ਨਾ ਕੀਤੀ ਕਿਆ ਮੈਂ ਕਿਆ ਮੈਂ ਵਜਣੀਆਂ ਫਿਰ ਵਜਣੀਆਂ ਮੈਂ ਲੰਮੇ ਹੋਏ ਬਾਲਾਂ ਤੇ ਮੈਂ ਬੰਦਾ ਬਣਾ ਤਾਂ ਦੱਸਦੀ ਹੈ ਕਿ ਬਾਈਕ ਨੂੰ ਚੋਰੀ ਕਰਕੇ ਚੋਰ ਭੱਜ ਰਿਹਾ ਸੀ ਜਿੱਥੇ ਲੋਕਾਂ ਦੇ ਵੱਲੋਂ ਇਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਤਾਂ ਕੁੱਟ ਕੁੱਟ ਕੇ ਇਸ ਦੇ ਸਿਰ ਦੇ ਵਿੱਚੋਂ ਖੂਨ ਵੀ ਕੱਢ ਦਿੱਤਾ ਗਿਆ ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਲੋਕ ਕਿਸ਼ਤਾਂ ਤੇ ਬਾਈਕ ਲੈਂਦੇ ਨੇ ਪਰ ਇਹ ਚੋਰ ਪਲਕ ਝਪਕਦੇ ਹੀ ਇਹਨਾਂ ਬਾਈਕਾਂ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਰ ਇਸ ਵਾਰ ਇਸ ਸ਼ਖਸ ਦੀ ਕਿਸਮਤ ਚੰਗੀ ਸੀ ਜੋ ਕਿ ਇਸਦੀ ਬਾਈਕ ਬਚ ਜਾਂਦੀ ਹੈ ਤਾਂ ਬਾਈਕ ਮਾਲਕ ਨੇ ਦੱਸਿਆ ਕਿ ਜਦ ਉਹ ਉੱਪਰ ਖੜਾ ਸੀ ਤਾਂ ਉੱਪਰ ਤੋਂ ਹੀ ਇਸ ਨੂੰ ਇਹ ਚੋਰ ਵਿਕ ਗਿਆ ਸੀ ਜੋ ਕਿ ਇਸਦੀ ਬਾਈਕ ਤੇ ਚਾਬੀ ਲਗਾ ਰਿਹਾ ਸੀ ਤਾਂ ਮੌਕੇ ਤੇ ਹੀ ਭੱਜਿਆ ਆਉਂਦਾ ਹੈ ਜਿਸ ਤੋਂ ਬਾਅਦ ਲੋਕਾਂ ਦੀ ਮਦਦ ਦੇ ਨਾਲ ਇਸ ਚੋਰ ਨੂੰ ਕਾਬੂ ਕੀਤਾ ਗਿਆ ਤੇ ਫਿਰ ਚੰਗੀ ਤਰੀਕੇ ਦੇ ਨਾਲ ਇਸ ਦੀ ਛਿੱਤਰ ਪਰੇਡ ਕੀਤੀ ਗਈ ਜਿਸ ਦੇ ਨਾਲ ਇਹ ਗੰਭੀਰ ਜ਼ਖਮੀ ਵੀ ਹੋ ਜਾਂਦਾ ਹੈ ਤਾਂ ਮੌਕੇ ਤੇ ਇੱਕ ਪੁਲਿਸ ਅਧਿਕਾਰੀ ਵੀ ਪਹੁੰਚਦਾ ਹੈ ਜਿਸ ਦੇ ਵੱਲੋਂ ਕਿ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਤਾਂ ਦੱਸ ਦਈਏ ਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਤਾਂ ਇੱਥੇ ਇਸ ਸ਼ਖਸ ਦੀ ਕਿਸਮਤ ਚੰਗੀ ਸੀ ਕਿ ਇਸ ਦਾ ਬਾਈਕ ਬਚ ਗਿਆ ਨਹੀਂ ਤਾਂ ਇਸ ਚੋਰ ਨੇ ਪਲਕ ਝਪਕਦੇ ਹੀ ਇਸ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਣਾ ਸੀ ਪਰ ਇਸ ਸ਼ਖਸ ਦਾ ਆਪਣੀ ਬਾਈਕ ਤੇ ਧਿਆਨ ਸੀ ਜਿਸ ਕਰਕੇ ਇਸ ਦੀ ਬਾਈਕ ਬਚ ਜਾਂਦੀ ਹੈ ਇਹਦੇ ਹੀ ਉੱਤੇ ਸਮਾਨ ਲੈਣ ਗਏ ਵਿਸ਼ਾਲ ਮੈਂ ਮੋੜਦਾ ਅਤੇ ਥੱਲੇ ਚਾਬੀ ਲਾ ਕੇ ਅਤੇ ਮੋਟਰਸਾਈਕਲ ਇੱਥੋਂ ਤੱਕ ਲੈ ਆਇਆ ਅਸੀਂ ਵੇਖ ਕੇ ਇਹਨੂੰ ਭੱਜ ਕੇ ਉਸੇ ਵੇਲੇ ਫੜਿਆ ਅੱਛਾ ਫਿਰ ਲੈ ਜਾਂਦੇ ਅਸੀਂ ਵੀਰ ਜੀ ਮੋਟਰਸਾਈਕਲ ਜੇ ਨਾ ਸਾਡੇ ਨਾਲ ਅਬੀਰ ਹੋਣੀ ਹੁੰਦੀ ਕਿੰਨੇ ਜਾਣੇ ਹਨ ਇਹ ਇਕੱਲਾ ਹੀ ਜਾਣਾ ਕੀਤੀਆਂ ਨਾ ਕੀਤੀ ਕਿਆ ਮੈਂ ਕਿਆ ਮੈਂ ਵਜਣੀਆਂ ਫਿਰ ਵਜਣੀਆਂ ਮੈਂ ਲੰਮੇ ਹੋਏ ਬਾਲਾਂ ਤੇ ਮੈਂ ਤਾਂ ਬੰਦਾ ਬਣਾ ਤਾਂ ਦੱਸ ਦਈਏ ਕਿ ਬਾਈਕ ਨੂੰ ਚੋਰੀ ਕਰਕੇ ਚੋਰ ਭੱਜ ਰਿਹਾ ਸੀ ਜਿੱਥੇ ਲੋਕਾਂ ਦੇ ਵੱਲੋਂ ਇਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਤਾਂ ਕੁੱਟ ਕੁੱਟ ਕੇ ਇਸ ਦੇ ਸਿਰ ਦੇ ਵਿੱਚੋਂ ਖੂਨ ਵੀ ਕੱਢ ਦਿੱਤਾ ਗਿਆ ਤਾਂ ਮੌਕੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਦੱਸ ਦਈਏ ਕਿ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਲੋਕ ਕਿਸ਼ਤਾਂ ਤੇ ਬਾਈਕ ਲੈਂਦੇ ਨੇ ਪਰ ਇਹ ਚੋਰ ਪਲਕ ਝਪਕਦੇ ਹੀ ਇਹਨਾਂ ਬਾਈਕਾਂ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਰ ਇਸ ਵਾਰ ਇਸ ਸ਼ਖਸ ਦੀ ਕਿਸਮਤ ਚੰਗੀ ਸੀ ਜੋ ਕਿ ਇਸਦੀ ਬਾਈਕ ਬਚ ਜਾਂਦੀ ਹੈ ਤਾਂ ਬਾਈਕ ਮਾਲਕ ਨੇ ਦੱਸਿਆ ਕਿ ਜਦ ਉਹ ਉੱਪਰ ਖੜਾ ਸੀ ਤਾਂ ਉੱਪਰ ਤੋਂ ਹੀ ਇਸ ਨੂੰ ਇਹ ਚੋਰ ਵਿਕ ਗਿਆ ਸੀ ਜੋ ਕਿ ਇਸਦੀ ਬਾਈਕ ਤੇ ਚਾਬੀ ਲਗਾ ਰਿਹਾ ਸੀ ਤਾਂ ਮੌਕੇ ਤੇ ਹੀ ਭੱਜਿਆ ਆਉਂਦਾ ਹੈ ਜਿਸ ਤੋਂ ਬਾਅਦ ਲੋਕਾਂ ਦੀ ਮਦਦ ਦੇ ਨਾਲ ਇਸ ਚੋਰ ਨੂੰ ਕਾਬੂ ਕੀਤਾ ਗਿਆ ਤੇ ਫਿਰ ਚੰਗੀ ਤਰੀਕੇ ਦੇ ਨਾਲ ਇਸ ਦੀ ਛਿੱਤਰ ਪਰੇਡ ਕੀਤੀ ਗਈ ਜਿਸ ਦੇ ਨਾਲ ਇਹ ਗੰਭੀਰ ਜ਼ਖਮੀ ਵੀ ਹੋ ਜਾਂਦਾ ਹੈ ਤਾਂ ਮੌਕੇ ਤੇ ਇੱਕ ਪੁਲਿਸ ਅਧਿਕਾਰੀ ਵੀ ਪਹੁੰਚਦਾ ਹੈ ਜਿਸ ਦੇ ਵੱਲੋਂ ਕਿ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਤਾਂ ਦੱਸ ਦਈਏ ਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਤਾਂ ਇੱਥੇ ਇਸ ਸ਼ਖਸ ਦੀ ਕਿਸਮਤ ਚੰਗੀ ਸੀ ਕਿ ਇਸ ਦਾ ਬਾਈਕ ਬਚ ਗਿਆ ਨਹੀਂ ਤਾਂ ਇਸ ਚੋਰ ਨੇ ਪਲਕ ਝਪਕਦੇ ਹੀ ਇਸ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਣਾ ਸੀ ਪਰ ਇਸ ਸ਼ਖਸ ਦਾ ਆਪਣੀ ਬਾਈਕ ਤੇ ਧਿਆਨ ਸੀ ਜਿਸ ਕਰਕੇ ਇਸਦੀ ਬਾਈਕ ਬਚ ਜਾਂਦੀ ਹੈ ਇਹਦੇ ਹੀ ਉੱਤੇ ਸਮਾਨ ਲੈਣ ਗਏ ਵਿਸ਼ਾਲ ਮੈਂ ਮੋੜਦਾ ਅਤੇ ਥੱਲੇ ਚਾਬੀ ਲਾ ਕੇ ਅਤੇ ਮੋਟਰਸਾਈਕਲ ਇੱਥੋਂ ਤੱਕ ਲੈ ਆਇਆ ਅਸੀਂ ਵੇਖ ਕੇ ਇਹਨੂੰ ਭੱਜ ਕੇ ਉਸੇ ਵੇਲੇ ਫੜਿਆ ਅੱਛਾ ਫਿਰ ਲੈ ਜਾਂਦੇ ਅਸੀਂ ਵੀਰ ਜੀ ਮੋਟਰਸਾਈਕਲ ਜੇ ਨਾ ਸਾਡੇ ਨਾਲ ਅਬੀਰ ਹੋਣੀ ਹੁੰਦੀ ਕਿੰਨੇ ਜਾਣੇ ਹਨ ਇਹ ਇਕੱਲਾ ਹੀ ਜਾਣਾ ਜੀ